ਇਤਿਹਾਸ ਫਰੋਲ ਕੇ ਦੇਖ ਲਓ, ਜਿਹੜਾ ਵੀ ਕੋਈ ਪੀਐਮ ਟਕਰਾਇਆ ਆ ਦਲਿਤ ਸਮਾਜ ਨਾਲ, ਉਹਦਾ ਨਾਮ ਉਹ ਨਿਸ਼ਾਨ ਮਿਟ ਗਿਆ ਇੱਥੋਂ। ਵਿਧਾਨ ਸਭਾ ਘੇਰ ਕੇ ਇਹ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ। ਇਹ ਉਹ ਕੌਮ ਆ ਜਿਨ੍ਹਾਂ ਦੇ ਵਿੱਚ ਸ਼ਹੀਦ ਪੈਦਾ ਹੋਏ ਨੇ। ਹੱਥਾਂ ਵਿੱਚ ਤਲਵਾਰਾਂ, ਗੰਡਾਸੇ, ਡਾਂਗ, ਸੋਟਾ ਅਤੇ ਹੋਰ ਕਈ ਤਰ੍ਹਾਂ ਦੇ ਹਥਿਆਰ। ਇਹ ਹੈ ਪੰਜਾਬ ਦੇ ਮਾਲਵਾ ਖੇਤਰ ਦਾ ਦਲਿਤ ਭਾਈਚਾਰਾ, ਜਿਹੜਾ ਸ਼ਾਂਤਮਈ ਧਰਨਿਆਂ ਦੇ ਨਾਮ 'ਤੇ ਸੜਕਾਂ 'ਤੇ ਜ਼ਬਰਦਸਤ ਪ੍ਰਦਰਸ਼ਨ ਕਰ ਰਿਹਾ। ਗੁੱਸਾ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਦਲਿਤਾਂ ਦੇ ਹੱਕ ਵਿੱਚ ਨਹੀਂ ਦਿੱਤਾ ਅਤੇ ਕੇਂਦਰ ਸਰਕਾਰ ਨੇ ਵੀ ਦਲਿਤਾਂ ਦਾ ਹੱਕ ਮਾਰਿਆ। ਇਸ ਲਈ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀਆਂ ਸੜਕਾਂ 'ਤੇ ਪ੍ਰਦਰਸ਼ਨਕਾਰੀਆਂ ਦਾ ਹੜ੍ਹ ਆ ਗਿਆ। SC ST ਐਕਟ ਦਾ ਅਸਰ ਬਠਿੰਡਾ ਵਿੱਚ ਸੜਕਾਂ 'ਤੇ ਵਿਖਾਈ ਦੇ ਰਿਹਾ। ਭਾਈਚਾਰੇ ਦੇ ਲੋਕਾਂ ਦਾ ਗੁੱਸਾ ਇਸ ਕਦਰ ਫੁੱਟਿਆ ਕਿ ਪੁਲਿਸ ਦੀ ਸੁਰੱਖਿਆ ਛਤਰੀ ਦੇ ਨਾਲ ਨਾਲ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਨੇ ਤੇ ਪੁਲਿਸ ਵੀ ਨਾਲ ਨਾਲ ਤੁਰ ਰਹੀ ਹੈ, ਕਿਉਂਕਿ ਮਾਹੌਲ ਨੂੰ ਸ਼ਾਂਤ ਕਰਨ ਲਈ ਵੀ ਪੁਲਿਸ ਦਾ ਸਹਾਰਾ ਲੈਣਾ ਪੈਂਦਾ। ਰੋਸ ਇੰਨਾ ਜ਼ਿਆਦਾ ਸੀ, ਜੰਗ ਮੁੰਡੇ ਜਿਹੜੇ ਸਾਡੇ ਇੰਨਾ ਜ਼ਿਆਦਾ ਰੋਸ ਹੈ ਸਮਾਜ ਦੇ ਵਿੱਚ, ਜੋ ਸੁਪਰੀਮ ਕੋਰਟ ਦੇ ਜੱਜ ਆਦਰਸ਼ ਗੋਇਲ ਅਤੇ ਯੂਡੀ ਲਲਿਤ ਨੇ ਫੈਸਲਾ ਕੀਤਾ ਹੈ ਐਟਰੋਸਿਟੀ ਐਕਟ 1999 ਨੂੰ ਤੋੜਨ ਦਾ, ਉਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਅਤੇ ਸਾਡਾ ਇਹ ਹਜੂਮ ਸਮੁੱਚਾ ਸਮਾਜ ਇਹ ਮੰਗ ਕਰਦਾ ਹੈ ਕਿ ਜੁਡੀਸ਼ੀਅਲ ਕਮਿਸ਼ਨ ਦਾ ਗਠਨ ਕੀਤਾ ਜਾਵੇ। ਉਸ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਦੋ ਵਿਰੋਧੀ ਧਿਰ ਦੇ ਮੈਂਬਰ, ਦੋ ਗੈਰ ਸਰਕਾਰੀ ਮੈਂਬਰ ਸ਼ਾਮਲ ਹੋਣੇ ਚਾਹੀਦੇ ਹੈ। ਜਿਹੜਾ ਵੀ ਜੱਜ ਸੰਵਿਧਾਨ ਦੇ ਉਲਟ ਦਲਿਤ ਸਮਾਜ ਦੇ ਖਿਲਾਫ਼ ਫੈਸਲਾ ਕਰਦਾ ਹੈ, ਉਹ ਜੱਜ ਦੀ ਸਾਡਾ ਸਮਾਜ ਜਿਹੜਾ ਹੈ ਉਹ ਸ਼ਿਕਾਇਤ ਕਰ ਸਕੇ। ਜਿਹੜਾ ਇਹ ਫੈਸਲਾ ਹੈ ਇਹਨੂੰ ਤੁਰੰਤ ਭਾਰਤ ਸਰਕਾਰ ਰੱਦ ਕਰੇ। ਜੇਕਰ ਭਾਰਤ ਸਰਕਾਰ ਰੱਦ ਨਹੀਂ ਕਰਦੀ, ਨਾਲ ਅਸੀਂ ਇਹ ਵੀ ਮੰਗ ਕਰਦੇ ਹਾਂ ਜਿਹੜਾ ਵੀ ਸੰਵਿਧਾਨ ਦੇ ਨਾਲ ਛੇੜਛਾੜ ਕਰਦਾ ਹੈ ਉਹਨੂੰ ਦੇਸ਼ ਧਰੋਹੀ ਦਾ ਕਰਾਰ ਦਿੱਤਾ ਜਾਵੇ। ਪਰ ਪ੍ਰਦਰਸ਼ਨ ਦਾ ਇਹ ਤਰੀਕਾ ਆਮ ਲੋਕਾਂ ਲਈ ਜਾਨਲੇਵਾ ਸਾਬਤ ਹੋਇਆ। ਬਠਿੰਡਾ ਵਿੱਚ ਹੀ ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕਰ ਰਹੇ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਮੁਹੱਲੇ ਵਿੱਚ ਜ਼ੋਰਦਾਰ ਹੰਗਾਮਾ ਕੀਤਾ। ਇਸ ਤੋਂ ਭੜਕੇ ਸਥਾਨਕ ਲੋਕਾਂ ਦੇ ਨਾਲ ਇਹਨਾਂ ਦੀ ਤਿੱਖੀ ਝੜਪ ਹੋਈ। ਇਸ ਦੌਰਾਨ ਕੁਝ ਇੱਕ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਪਰ ਮੌਕੇ 'ਤੇ DC ਅਤੇ ਪੁਲਿਸ ਅਧਿਕਾਰੀ ਵੀ ਪਹੁੰਚੇ, ਜਿਨ੍ਹਾਂ ਨੂੰ ਸ਼ਾਂਤੀ ਬਣਾਉਣ ਲਈ ਜੱਦੋਜਹਿਦ ਕਰਨੀ ਪਈ। ਜ਼ਬਰਨ ਦੁਕਾਨਾਂ ਬੰਦ ਕਰਵਾਉਣ ਵਾਲੇ ਅਤੇ ਨਿੱਕੀਆਂ ਮੋਟੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਵੀ ਕੀਤਾ, ਪਰ ਲੋਕ ਇਸ ਤੋਂ ਖਫਾ ਨਜ਼ਰ ਆਏ।
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਨਾਲ ਲੱਗਦੇ ਨਾਭਾ ਸ਼ਹਿਰ ਵਿੱਚ ਹਾਲਾਤ ਕੁਝ ਸੁਖਾਵੇਂ ਨਹੀਂ ਸਨ। ਅਰਥੀ ਸਰਕਾਰ ਦੀ ਅਤੇ ਗੁੱਸਾ ਦਲਿਤ ਭਾਈਚਾਰੇ ਦਾ। ਇੱਥੇ ਵੀ ਦਲਿਤ ਭਾਈਚਾਰੇ ਨੇ ਹੱਥਾਂ ਵਿੱਚ ਮਾਰੂ ਹਥਿਆਰ ਫੜੇ ਹੋਏ ਸਨ। ਮੰਗ ਉਹੀ ਕਿ ਕੇਂਦਰ ਸਰਕਾਰ ਫੈਸਲੇ 'ਤੇ ਆਪਣਾ ਰੁੱਖ ਸਾਫ਼ ਕਰੇ, ਦਲਿਤਾਂ ਦੀ ਆਵਾਜ਼ ਚੁੱਕੀ ਜਾਵੇ, ਨਾ ਕਿ ਦਬਾਉਣ ਦੀ ਕੋਸ਼ਿਸ਼ ਹੋਵੇ। ਨਾਭਾ ਵਿੱਚ ਪ੍ਰਦਰਸ਼ਨ ਦਾ ਇਹ ਤਰੀਕਾ ਕਿਸੇ ਖੂਨੀ ਤਕਰਾਰ ਵਾਂਗ ਲੱਗ ਰਿਹਾ ਸੀ, ਪਰ ਪੁਲਿਸ ਦੀ ਅਗਵਾਈ 'ਚ ਸ਼ਾਂਤਮਈ ਚੱਲਿਆ। ਇੱਥੇ ਵੀ ਪੁਲਿਸ ਦੇ ਹੱਥ ਬੰਨੇ ਨਜ਼ਰ ਆਏ। ਦਲਿਤ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਅੱਗੇ ਪੁਲਿਸ ਵੀ ਬੇਵੱਸ ਹੋਈ। ਮੁੱਖ ਦਰਸ਼ਕ ਬਣ ਕੇ ਪੁਲਿਸ ਸਭ ਕੁਝ ਵੇਖਦੀ ਰਹੀ। ਸੋ ਦਲਿਤ ਭਾਈਚਾਰੇ ਨੇ ਇਸ ਸਭ ਦੇ ਵਿੱਚ ਮੋਦੀ ਸਰਕਾਰ ਨੂੰ ਜ਼ੋਰਦਾਰ ਧਮਕੀ ਦਿੱਤੀ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ। ਆਹ ਦੇਖੋ, ਹੱਥ ਜੋੜ ਕੇ ਬੇਨਤੀ ਹੈ ਸੁਪਰੀਮ ਕੋਰਟ ਨੂੰ, ਮਾਣਯੋਗ ਨੂੰ, ਜਿਹੜੇ ਸਾਡੇ ਹੱਕ ਨੇ ਸਾਨੂੰ ਵਾਪਸ ਦਿੱਤੇ ਜਾਣ। ਮੋਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ। ਇਹ ਅੱਜ ਹਥਿਆਰ ਵੀ ਹੈ ਹੱਥਾਂ 'ਚ, ਪਰ ਅਸੀਂ ਇਹਦਾ ਉਪਯੋਗ ਨਹੀਂ ਕਰ ਰਹੇ, ਇਹਨਾਂ ਦਾ ਯੂਜ਼ ਨਹੀਂ ਕਰ ਰਹੇ। ਸਾਨੂੰ ਮਜਬੂਰ ਨਾ ਕੀਤਾ ਜਾਵੇ। ਦਲਿਤ ਕੌਮ ਯੋਧਿਆਂ ਦੀ ਕੌਮ ਹੈ, ਇਹਦਾ ਇਤਿਹਾਸ ਫਰੋਲ ਕੇ ਦੇਖ ਲਓ। ਜਿਹੜਾ ਵੀ ਕੋਈ PM ਟਕਰਾਇਆ ਆ ਦਲਿਤ ਸਮਾਜ ਨਾਲ, ਉਹਦਾ ਨਾਮ ਉਹ ਨਿਸ਼ਾਨ ਮਿਟ ਗਿਆ ਇੱਥੋਂ। ਅਸੀਂ ਚਾਹੁੰਦੇ ਹਾਂ, ਅਸੀਂ ਸ਼ਾਂਤੀਪੂਰਵਕ ਕਰ ਰਹੇ ਹਾਂ, ਜੋ ਕਰ ਰਹੇ ਹਾਂ ਸ਼ਾਂਤੀਪੂਰਵਕ ਸਾਡੀਆਂ ਮੰਗਾਂ ਮੰਨੀਆਂ ਜਾਣ। ਅੱਜ ਜਿਹੜਾ ਅਸੀਂ ਇਕੱਠ ਲੈ ਕੇ ਆਏ ਹਾਂ, ਇਹ ਵੀ ਸਾਰਾ ਸ਼ਾਂਤੀਪੂਰਵਕ ਹੈ। ਮੇਰੇ ਸਮਾਜ ਦੇ ਸਾਰੇ ਲੀਡਰ ਨਾਲ ਨੇ, ਅਤੇ ਮੇਰੀ ਮੋਦੀ ਸਰਕਾਰ ਨੂੰ, ਸੁਪਰੀਮ ਕੋਰਟ ਨੂੰ ਇਹੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਸਾਡੇ ਉਲਟ ਲਿਆ ਗਿਆ, ਇਹਨੂੰ ਸਾਡੇ ਹੱਕ ਵਿੱਚ ਲਿਆਂਦਾ ਜਾਵੇ। ਸਾਡੇ ਭਾਈਚਾਰੇ ਨਾਲ ਸਰੇਆਮ ਧੱਕਾ ਇਹ ਜਿਹੜਾ ਨਰਿੰਦਰ ਮੋਦੀ ਆਪਣੀਆਂ ਗੁੱਝੀਆਂ ਚਾਲਾਂ ਚੱਲ ਰਿਹਾ, ਇਹ ਇਸ ਨੂੰ ਕਾਮਯਾਬ ਨਹੀਂ ਹੋ ਦੇਵਾਂਗੇ। ਅੱਜ ਜਿਹੜੇ ਸਾਡੇ ਭਾਈਚਾਰੇ ਨੇ ਹਥਿਆਰ ਚੱਕੇ ਨੇ, ਮੇਰਾ ਭਰਾ ਬਬਲੂ ਖੋਰਾ, ਸਾਡੇ ਜਿਹੜੇ ਹੋਰ ਦਲਿਤ ਭਾਈਚਾਰੇ ਦੇ ਆਗੂ ਨੇ, ਗਾਗੜ ਸਾਹਿਬ, ਕਾਲੀ ਪ੍ਰਧਾਨ ਜੀ, ਜਿੰਮੀ ਨਾਹਰ, ਜਿਹੜੇ ਹੋਰ ਕਈ ਹੈਗੇ ਨੇ, ਮੈਂ ਜਿਹਨਾਂ ਦਾ ਨਾਮ ਨਹੀਂ ਲੈ ਸਕਿਆ, ਗੁਸਤਾਖੀ ਮੰਗਦਾ, ਉਹਨਾਂ ਨੇ ਜਿਹੜੇ ਅੱਜ ਹਥਿਆਰ ਚੱਕੇ ਨੇ, ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ। ਜੇ ਦਿਖਾਵੇ ਲਈ ਨੇ, ਕੱਲ੍ਹ ਜੇ ਸਾਡੇ ਹੱਕਾਂ 'ਤੇ ਆਈ ਡਾਕਾ ਪੈਂਦਾ ਰਿਹਾ, ਤਾਂ ਇਹਨਾਂ ਨੂੰ ਅਸੀਂ ਚਲਾਉਣਾ ਵੀ ਜਾਣਦੇ ਹਾਂ। ਸਾਡੀ ਮੰਗ ਨਾ, ਜਿਹੜੀ ਸਾਡੀ ਇਹ ਮੰਗ SC ST ਭਾਈਚਾਰੇ ਵਾਲੀ, ਜੇ ਇਹ ਸੁਪਰੀਮ ਕੋਰਟ ਨੇ ਆਰਡਰ ਵਾਪਸ ਨਾ ਲਏ, ਜੇ ਨਰਿੰਦਰ ਮੋਦੀ ਨੇ ਜੇ ਇਹ ਫੈਸਲੇ ਵਾਪਸ ਨਾ ਕਰਵਾਏ, ਤਾਂ ਅਸੀਂ ਇਹ ਐਲਾਨ ਕਰਦੇ ਹਾਂ, ਜਿਹੜਾ ਇਹ ਸੰਘਰਸ਼ ਆ ਦਿੱਲੀ ਜਾ ਕੇ ਇਹਦੀ ਵਿਧਾਨ ਸਭਾ ਘੇਰ ਕੇ, ਇਹ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ। ਇਹ ਉਹ ਕੌਮ ਆ ਜਿਨ੍ਹਾਂ ਦੇ ਵਿੱਚ ਸ਼ਹੀਦ ਪੈਦਾ ਹੋਏ ਨੇ, ਜਿੰਨੇ ਵੀ ਗੁਰੂ ਮਹਾਰਾਜ ਹੋਏ ਨੇ, ਉਹਨਾਂ ਸਾਰਿਆਂ ਦੇ ਨਾਲ ਸਾਡੇ ਭਾਈਚਾਰੇ ਦੇ ਸ਼ਹੀਦ ਨੇ। ਡਾਕਟਰ ਅੰਬੇਡਕਰ ਅਮਰ ਰਹੇ।
ਉਧਰ ਲੁਧਿਆਣਾ ਵਿੱਚ ਵੀ ਨੈਸ਼ਨਲ ਹਾਈਵੇ ਤੇ ਜਾਮ ਲਾ ਕੇ ਧਰਨਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਵਿਰੋਧਤਾ ਸਾਫ਼ ਝਲਕ ਰਹੀ ਸੀ। ਬਾਜ਼ਾਰ ਮੁਕੰਮਲ ਬੰਦ ਅਤੇ ਦੁਕਾਨਾਂ ਨੂੰ ਲੱਗੇ ਤਾਲੇ ਇਸ ਗੱਲ ਦਾ ਗਵਾਹ ਸਨ ਕਿ ਬੰਦ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ। ਪੰਜਾਬ ਵਿੱਚ ਹਾਲਾਤ ਵਿਗੜ ਨਾ ਜਾਣ ਇਸ ਲਈ ਪੰਜਾਬ ਪੁਲਿਸ ਦੇ ਨਾਲ ਕਮਾਂਡੋ, ਰਿਜ਼ਰਵ ਫੋਰਸ ਅਤੇ ਉੱਚ ਅਧਿਕਾਰੀ ਆਪ ਮੋਰਚਾ ਸੰਭਾਲੀ ਬੈਠੇ ਸਨ। ਪਰ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦਾ ਵੀ ਮੰਦਾ ਹਾਲ ਰਿਹਾ। ਜਲੰਧਰ ਦੀ ਗੱਲ ਕਰਦੇ ਹਾਂ ਜਿੱਥੇ ਬੰਦ ਦਾ ਅਸਰ ਤਾਂ ਹੋਣਾ ਹੀ ਸੀ, ਪਰ ਦਿਹਾੜੀ ਕਰਨ ਵਾਲਿਆਂ ਦੇ ਚੁੱਲ੍ਹੇ 'ਚ ਪਾਣੀ ਪੈ ਗਿਆ, ਕਿਉਂਕਿ ਨਾ ਤਾਂ ਕੋਈ ਘਰੋਂ ਬਾਹਰ ਨਿਕਲਿਆ ਅਤੇ ਨਾ ਹੀ ਇਹਨਾਂ ਨੂੰ ਦਿਹਾੜੀ ਪਈ। ਇੱਥੇ ਪ੍ਰਦਰਸ਼ਨਕਾਰੀਆਂ ਨੇ ਤਾੜੀਆਂ ਮਾਰ ਕੇ ਵਿਰੋਧ ਦੇ ਗੀਤ ਗਾਏ ਅਤੇ ਮੋਦੀ ਦਾ ਪੁਤਲਾ ਫੂਕਿਆ। ਹਾਂ ਸਰ, ਹਮ ਆਜ ਹੜਤਾਲ ਕਰਕੇ ਨਹੀਂ ਕਮਾ ਖਾ ਪਾ ਰਹੇ ਹੈਂ, ਆਜ ਹਮਕੋ ਵੀ ਵਿਹਲਾ ਬੈਠਣਾ ਪੜ ਰਹਾ ਹੈ। ਆਜ ਪੰਜਾਬ ਬੰਦ ਹੈ, ਇਸ ਲਈ ਆਜ ਦਿਹਾੜੀ ਨਹੀਂ ਬਣੇਗਾ ਔਰ ਆਜ ਹਮਕੋ ਬਸ ਕਿਸੀ ਪ੍ਰਕਾਰ ਟਾਈਮ ਪਾਸ ਕਰਨਾ ਪੜੇਗਾ। ਵਿਰੋਧ ਸਭ ਪਾਸੇ ਹੋਇਆ, ਪਰ ਦਲਿਤ ਭਾਈਚਾਰੇ ਦੀ ਸੁਣੀ ਕਦੋਂ ਜਾਵੇਗੀ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਦੂਜੇ ਪਾਸੇ ਸ਼ਾਂਤਮਈ ਧਰਨਿਆਂ 'ਚ ਹਥਿਆਰਾਂ ਦੀ ਹੋਈ ਨੁਮਾਇਸ਼ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰ ਗਈ। ਬੰਦ ਨਾਲ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਗੁੱਸੇ ਦੀ ਲਹਿਰ ਨੂੰ ਪ੍ਰਚੰਡ ਰੱਖਣ ਦਾ ਸਬੂਤ ਦਿੱਤਾ, ਉੱਥੇ ਮਜ਼ਦੂਰੀ ਕਰਨ ਵਾਲਿਆਂ ਨੂੰ ਰੋਜ਼ੀ ਰੋਟੀ ਤੋਂ ਵਾਂਝਾ ਕਰ ਦਿੱਤਾ। ਇਤਿਹਾਸ ਫਰੋਲ ਕੇ ਦੇਖ ਲਓ, ਜਿਹੜਾ ਵੀ ਕੋਈ ਪੀਐਮ ਟਕਰਾਇਆ ਆ ਦਲਿਤ ਸਮਾਜ ਨਾਲ, ਉਹਦਾ ਨਾਮ ਔਰ ਨਿਸ਼ਾਨ ਮਿਟ ਗਿਆ ਇੱਥੋਂ। ਵਿਧਾਨ ਸਭਾ ਘੇਰ ਕੇ ਇਹ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ, ਇਹ ਉਹ ਕੌਮ ਆ ਜਿਨ੍ਹਾਂ ਦੇ ਵਿੱਚ ਸ਼ਹੀਦ ਪੈਦਾ ਹੋਏ ਨੇ। ਬਠਿੰਡਾ ਤੋਂ ਦੀਪੂ ਸ਼ਰਮਾ, ਨਾਭਾ ਤੋਂ ਸੁਖਚੈਨ ਸਿੰਘ, ਜਲੰਧਰ ਤੋਂ ਮਨਵੀਰ ਸੱਭਰਵਾਲ ਅਤੇ ਲੁਧਿਆਣਾ ਤੋਂ ਬਿਊਰੋ ਰਿਪੋਰਟ, D5 ਚੈਨਲ ਪੰਜਾਬੀ।